ਉਲਟਾ ਚੋਰ ਕੋਤਵਾਲ ਕੋ ਡਾਟੇ ਇਹ ਸੁਣੀ ਸੀ ਗੱਲ ਪਰ ਹੁਣ ਦੇਖਣ ਨੂੰ ਮਿਲ ਰਹੀ ਆ ਅਰਵਿੰਦ ਕੇਜਰੀਵਾਲ ਜੀ ਜੋ ਕਿ ਕਟੜ ਬੇਈਮਾਨ ਜਿਹੜੇ ਕਿ ਕਟੜ ਕਰਪਟ ਕਟੜ ਲੁਟੇਰੇ ਮੰਨੇ ਜਾਂਦੇ ਨੇ ਉਹ ਹੁਣ ਕਹਿ ਰਹੇ ਰਿਹਾ ਕਿ ਮੈਂ ਪ੍ਰੋਟੈਸਟ ਕਰਨਾ ਹੈ ਪ੍ਰੋਟੈਸਟ ਕਾਹਦਾ ਕਰਨਾ ਹੈ ਕਿ ਈਡੀ ਮੈਨੂੰ ਕਰਪਸ਼ਨ ਦੇ ਚਾਰਜ ਸੰਦਰ ਕਿਉਂ ਬੁਲਾ ਰਹੀ ਆ ਇਸ ਕਰਕੇ ਮੈਂ ਬੀਜੇ ਦੇ ਬੀਜੇਪੀ ਦੇ ਖਿਲਾਫ ਜਾ ਕੇ ਵਿਰੋਧ ਕਰੂੰਗਾ ਫਿਰ ਕਹਿੰਦਾ ਬੀਜੇਪੀ ਡਰੀ ਹੋਈ ਹੈ ਬੀਜੇਪੀ ਡਰੀ ਹੋਈ ਹੈ ਪਰਾਸੀ ਤੇ ਬਿਲਕੁਲ ਡਰੇ ਹੋਏ ਆ ਐਡੇ ਕਰਪਟ ਬੰਦੇ ਤੋਂ ਡਰਨਾ ਚਾਹੀਦਾ ਐਡੇ ਬੇਈਮਾਨ ਬੰਦੇ ਤੋਂ ਡਰਨਾ ਚਾਹੀਦਾ ਐਡੇ ਲੁਟੇਰੇ ਤੋਂ ਹਰੇਕ ਨੂੰ ਡਰਨਾ ਚਾਹੀਦਾ ਮੈਂ ਤੇ ਸਭ ਦੇਸ਼ ਵਾਸੀਆਂ ਨੂੰ ਕਹਿੰਦਾ ਹਾਂ ਇਹਨਾਂ ਲੁਟੇਰਿਆਂ ਤੋਂ ਇਹਨਾਂ ਬੇਈਮਾਨਾਂ ਤੋਂ ਇਹਨਾਂ ਕਰਪਟ ਲੋਕਾਂ ਤੋਂ ਡਰੋ ਕਿਉਂਕਿ ਇਹਨਾਂ ਨੇ ਤਾਂ ਸਾਰੇ ਡਰ ਖੋਪਲਾ ਦਿੱਤੇ ਨੇ ਅਰਵਿੰਦ ਕੇਜਰੀਵਾਲ ਜੀ ਕਿਉਂ ਭੱਜ ਰਹੇ ਨੇ ਕਿਉਂਕਿ ਉਹਨੂੰ ਪਤਾ ਹੈ ਹੇਮੰਤ ਸੁਰੇਨ ਵਰਗੂ ਪਹਿਲਾਂ ਉਹਨਾਂ ਨੂੰ ਵੀ ਬੜੀ ਭੱਜਣ ਦੀ ਕੋਸ਼ਿਸ਼ ਕੀਤੀ ਹੇਮੰਤ ਸੁਰੇਨ ਜੀ ਨੇ ਆਖਰ 'ਚ ਖੁਦ ਰਿਜ਼ਾਈਨ ਕੀਤਾ ਕਿਸੇ ਨੇ ਕਿਹਾ ਨਹੀਂ ਕਿਉਂਕਿ ਪਤਾ ਸੀ ਸਬੂਤ ਇਹਨੇ ਪੁੱਛਤਾ ਹੈ ਬਚ ਨਹੀਂ ਸਕਦਾ ਅਰਵਿੰਦ ਕੇਜਰੀਵਾਲ ਜੀ ਨੂੰ ਪਤਾ ਹੈ ਉਹ ਇੱਕ ਕਮਿਸ਼ਨਰ ਰਹੇ ਨੇ ਇਨਕਮ ਟੈਕਸ ਦੇ ਭਾਵੇਂ ਐਡੀਸ਼ਨਲ ਹੀ ਰਹੇ ਹੋਣ ਪਰ ਉਹ ਜਾਣਦੇ ਨੇ ਕਿ ਮਨੀਸ਼ ਸੋਦੀਆ ਜੀ ਦੇ ਖਿਲਾਫ ਸੰਜੇ ਸਿੰਘ ਜੀ ਦੇ ਖਿਲਾਫ ਜਿਹੜੇ ਕੋਰਟ ਚ ਪੁਕਤਾ ਸਬੂਤ ਦਿੱਤੇ ਗਏ ਮਨੀ ਟਰੇਲ ਕਰੋੜਾਂ ਰਪਏ ਦੀ ਦਿੱਤੀ ਗਈ ਉਹਦੇ ਚਲਦੇ ਮਨੀ ਉਹ ਬਚ ਨਹੀਂ ਸਕਦੇ ਸਬੂਤਾਂ ਨੂੰ ਫੇਸ ਨਹੀਂ ਕਰ ਸਕਦੇ ਇਹਨਾਂ ਸਬੂਤਾਂ ਦਾ ਜਵਾਬ ਨਹੀਂ ਦੇ ਸਕਦੇ ਇਸ ਕਰਕੇ ਉਹ ਅਰੈਸਟ ਹੋਣਗੇ ਮੈਨੂੰ ਅਰਵਿੰਦ ਕੇਜਰੀਵਾਲ ਜੀ ਦੇ ਇੱਕ ਨਜ਼ਦੀਕੀ ਸਾਥੀ ਜਿਹੜੇ ਉਹਨਾਂ ਤੋਂ ਦੋ ਨੰਬਰ ਮੰਨੇ ਜਾਂਦੇ ਨੇ ਉਹਨਾਂ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਜੀ ਦੋ ਤਿੰਨ ਦਿਨਾਂ ਦੇ ਅੰਦਰ ਅੰਦਰ ਇੱਕ ਮੀਟਿੰਗ ਬੁਲਾ ਰਹੇ ਐ ਐਮਐਲਏਾਂ ਦੀ ਉਸ ਦੇ ਅੰਦਰ ਆਪਣੀ ਧਰਮ ਪਤਨੀ ਨੂੰ ਫੇਰ ਤੋਂ ਕੋਸ਼ਿਸ਼ ਕਰ ਰਹੇ ਨੇ ਮੁੱਖ ਮੰਤਰੀ ਬਣਵਾਉਣ ਦੀ ਔਰ ਅਗਰ ਸਭ ਨੇ ਸਹਿਮਤੀ ਦੇ ਦਿੱਤੀ ਉਹ ਇਸ ਗੱਲ ਦਾ ਰੋਣਾ ਧੋਣਾ ਕਰਨਗੇ ਕਿ ਦੇਖੋ ਮੇਰੇ ਤੇ ਵਿਪਤਾ ਆ ਗਈ ਆ ਤੇ ਫੇਰ ਉਹ ਆਪਣੀ ਧਰਮ ਪਤਨੀ ਨੂੰ ਪਹਿਲਾਂ ਮੁੱਖ ਮੰਤਰੀ ਬਣਵਾਉਣਗੇ ਤੇ ਫੇਰ ਈਡੀ ਦੇ ਸਾਹਮਣੇ ਪੇਸ਼ ਹੋਣਗੇ ਹਾਲਾਤ ਇਹ ਬਣ ਗਏ ਨੇ ਅੱਜ ਕੱਲ ਕਿ ਅਰਵਿੰਦ ਕੇਜਰੀਵਾਲ ਜੀ ਆਪਣੀ ਧਰਮ ਪਤਨੀ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਸਾਰੀ ਲੜਾਈ ਲੜਦੇ ਪਏ ਆ ਪ੍ਰਦਰਸ਼ਨ ਕਰਕੇ ਲੋਕਾਂ ਦਾ ਧਿਆਨ ਹਟਾ ਰਹੇ ਨੇ ਉਲਟਾ ਚੋਰ ਕੋਤਵਾਲ ਕੋ ਡਾਟੇ ਇਹ ਸੁਣੀ ਸੀ ਗੱਲ ਪਰ ਹੁਣ ਦੇਖਣ ਨੂੰ ਮਿਲ ਰਹੀ ਹੈ ਅਰਵਿੰਦ ਕੇਜਰੀਵਾਲ ਜੀ ਜੋ ਕਿ ਕੱਟੜ ਬੇਈਮਾਨ ਜਿਹੜੇ ਕਿ ਕੱਟੜ ਕਰਪਟ ਕੱਟੜ ਲੁਟੇਰੇ ਮੰਨੇ ਜਾਂਦੇ ਨੇ ਉਹ ਹੁਣ ਕਹਿ ਰਹੇ ਆ ਕਿ ਮੈਂ ਪ੍ਰੋਟੈਸਟ ਕਰਨਾ ਹੈ ਪ੍ਰੋਟੈਸਟ ਕਾਹਦਾ ਕਰਨਾ ਹੈ ਕਿ ਈਡੀ ਮੈਨੂੰ ਕਰਪਸ਼ਨ ਦੇ ਚਾਰਜ ਸੰਦਰ ਕਿਉਂ ਬੁਲਾ ਰਹੀ ਆ ਇਸ ਕਰਕੇ ਮੈਂ ਬੀਜੇ ਦੇ ਬੀਜੇਪੀ ਦੇ ਖਿਲਾਫ ਜਾ ਕੇ ਵਿਰੋਧ ਕਰੂੰਗਾ ਫਿਰ ਕਹਿੰਦਾ ਬੀਜੇਪੀ ਡਰੀ ਹੋਈ ਹੈ ਬੀਜੇਪੀ ਡਰੀ ਹੋਈ ਹੈ ਭਰਾ ਅਸੀਂ ਤੇ ਬਿਲਕੁਲ ਡਰੇ ਹੋਏ ਆ ਐਡੇ ਕਰਪਟ ਬੰਦੇ ਤੋਂ ਡਰਨਾ ਚਾਹੀਦਾ ਐਡੇ ਬੇਈਮਾਨ ਬੰਦੇ ਤੋਂ ਡਰਨਾ ਚਾਹੀਦਾ ਐਡੇ ਲੁਟੇਰੇ ਤੋਂ ਹਰੇਕ ਨੂੰ ਡਰਨਾ ਚਾਹੀਦਾ ਮੈਂ ਤੇ ਸਾਰੇ ਵਿਦੇਸ਼ਵਾਸੀਆਂ ਨੂੰ ਕਹਿਣਾ ਹੈ ਇਹਨਾਂ ਲੁਟੇਰਿਆਂ ਤੋਂ ਇਹਨਾਂ ਬੇਈਮਾਨਾਂ ਤੋਂ ਇਹਨਾਂ ਕ੍ਰਪ ਲੋਕਾਂ ਤੋਂ ਡਰੋ ਕਿਉਂਕਿ ਇਹਨਾਂ ਨੇ ਤਾਂ ਸਾਰੇ ਡਰ ਖੋਫ ਲਾਉਂਦੇ ਨੇ ਅਰਵਿੰਦ ਕੇਜਵਾਲ ਜੀ ਕਿਉਂ ਭੱਜ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ हेमंत ਸੁਰੇਨ ਵਰਗੂ ਪਹਿਲਾਂ ਉਹਨਾਂ ਨੂੰ ਵੀ ਬੜੀ ਭੱਜਣ ਦੀ ਕੋਸ਼ਿਸ਼ ਕੀਤੀ हेमंत ਸੁਰੇਨ ਜੀ ਨੇ ਆਖਰ 'ਚ ਖੁਦ ਰਿਜ਼ਾਈਨ ਕੀਤਾ ਕਿਸੇ ਨੇ ਕਿਹਾ ਨਹੀਂ ਕਿਉਂਕਿ ਪਤਾ ਸੀ ਸਬੂਤ ਇਹਨੇ ਪੁੱਛਤਾ ਹੈ ਬਚ ਨਹੀਂ ਸਕਦਾ ਅਰਵਿੰਦ ਕੇਜਰੀਵਾਲ ਜੀ ਨੂੰ ਪਤਾ ਹੈ ਉਹ ਇੱਕ ਕਮਿਸ਼ਨਰ ਰਹੇ ਨੇ ਇਨਕਮ ਟੈਕਸ ਦੇ ਭਾਵੇਂ ਐਡੀਸ਼ਨਲੀ ਰਹੇ ਹੋਣ ਪਰ ਉਹ ਇਹ ਜਾਣਦੇ ਨੇ ਕਿ ਮਨੀਸ਼ ਸਸੋਦੀਆ ਜੀ ਦੇ ਖਿਲਾਫ ਸੰਜੇ ਸਿੰਘ ਜੀ ਦੇ ਖਿਲਾਫ ਜਿਹੜੇ ਕੋਰਟ ਚ ਪੁਖਤਾ ਸਬੂਤ ਦਿੱਤੇ ਗਏ ਮਨੀ ਟ੍ਰੇਲ ਕਰੋੜਾ ਰੁਪਏ ਦੀ ਦਿੱਤੀ ਗਈ ਉਹਦੇ ਚੱਲਦੇ ਮਨੀ ਉਹ ਬਚ ਨਹੀਂ ਸਕਦੇ ਸਬੂਤਾਂ ਨੂੰ ਫੇਸ ਨਹੀਂ ਕਰ ਸਕਦੇ ਇਹਨਾਂ ਸਬੂਤਾਂ ਤੋਂ ਜਵਾਬ ਨਹੀਂ ਦੇ ਸਕਦੇ ਇਸ ਕਰਕੇ ਉਹ ਅਰੈਸਟ ਹੋਣਗੇ ਮੈਨੂੰ ਅਰਵਿੰਦ ਕੇਜਰੀਵਾਲ ਜੀ ਦੇ ਇੱਕ ਨਜ਼ਦੀਕੀ ਸਾਥੀ ਜਿਹੜੇ ਉਹਨਾਂ ਤੋਂ ਦੋ ਨੰਬਰ ਮੰਨੇ ਜਾਂਦੇ ਨੇ ਉਹਨਾਂ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਜੀ ਦੋ ਤਿੰਨ ਦਿਨਾਂ ਦੇ ਅੰਦਰ ਅੰਦਰ ਇੱਕ ਮੀਟਿੰਗ ਬੁਲਾ ਰਹੇ ਐ ਐਮਐਲਏਆਂ ਦੀ ਉਸ ਦੇ ਅੰਦਰੋਂ ਆਪਣੀ ਧਰਮ ਪਤਨੀ ਨੂੰ ਫੇਰ ਤੋਂ ਕੋਸ਼ਿਸ਼ ਕਰ ਰਹੇ ਨੇ ਮੁੱਖ ਮੰਤਰੀ ਬਣਵਾਉਣ ਦੀ ਔਰ ਅਗਰ ਸਭ ਨੇ ਸਹਿਮਤੀ ਦੇ ਦਿੱਤੀ ਉਹ ਇਸ ਗੱਲ ਦਾ ਰੋਣਾ ਧੋਣਾ ਕਰਨਗੇ ਕਿ ਦੇਖੋ ਮੇਰੇ ਤੇ ਵਿਵਪਤਾ ਆ ਗਈ ਆ ਤੇ ਫੇਰ ਉਹ ਆਪਣੀ ਧਰਮ ਪਤਨੀ ਨੂੰ ਪਹਿਲਾਂ ਮੁੱਖ ਮੰਤਰੀ ਬਣਵਾਉਣਗੇ ਤੇ ਫੇਰ ਈਡੀ ਦੇ ਸਾਹਮਣੇ ਪੇਸ਼ ਹੋਣਗੇ ਹਾਲਾਤ ਇਹ ਬਣ ਗਏ ਨੇ ਅੱਜ ਕੱਲ ਕਿ ਅਰਵਿੰਦ ਕੇਜਰੀਵਾਲ ਜੀ ਆਪਣੀ ਧਰਮ ਪਤਨੀ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਸਾਰੀ ਲੜਾਈ ਲੜਦੇ ਪਏ ਪ੍ਰਦਰਸ਼ਨ ਕਰਕੇ ਲੋਕਾਂ ਦਾ ਧਿਆਨ ਹਟਾ ਰਹੇ ਨੇ